ਅੱਲਾਹ ਤਾਲਾ ਦੀ ਜ਼ਾਤ ਹੀ ਹੈ ਜੀ, ਰਹਿਮ ਕਰੇ ਜੀ। ਇਹ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਜੀ, ਬੀਜੀ ਹੀ ਹੈ ਜੀ। ਸਾਡੀ ਜ਼ਬਾਨ 'ਚ ਆਉਂਦੇ ਨੇ ਐਣ। ਰਹਿਮਾਨ ਰਹੀਮ, ਅਸਲਾਮੁ ਅਲੈਕਮ, ਜਾਇ ਲਈ ਹੱਕ ਹੈ। ਉਮੀਦ ਕਰਨਾ ਤੁਸੀਂ ਸਾਰੇ ਭਰਾ ਠੀਕ ਹੋਵੋ ਅਤੇ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਠੀਕ ਰੱਖੇ ਜੀ। ਅਤੇ ਅੱਜ ਦਾ ਵਲੋਗ ਕਰਦੇ ਹਾਂ ਜੀ, ਸ਼ੁਰੂ ਤੋਂ ਵਲੋਗ ਹੈ ਜੀ, ਤਾਲਾਬਾਰੀ ਦੇ ਉੱਤੇ ਪਾਕਿਸਤਾਨ ਜ਼ਿਲ੍ਹਾ ਗੁਜਰਾਤ ਦੇ ਸ਼ਦੀਦ ਤਰੀਨ ਜਨਾਬ ਬਾਰਿਸ਼ ਅਤੇ ਨਾਲ ਸ਼ਦੀਦ ਤਰੀਨ ਜਨਾਬ ਜ਼ਾਲਾਬਾਰੀ ਦੀ ਜਿਹੜੀ ਹੈ ਨਾ ਉਹ ਸ਼ੈਲਿੰਗ ਜਨਾਬ ਸ਼ੁਰੂ ਤੋਂ ਤੁਹਾਨੂੰ ਬਹਾਨੇ ਆ ਕੇ ਤੁਸੀਂ ਵੇਖੋ ਅਤੇ ਅੱਲਾਹ ਤਾਲਾ ਤੁਹਾਡੇ 'ਤੇ ਵੀ ਸਾਡੇ 'ਤੇ ਵੀ ਪੂਰੇ ਮੁਲਕ 'ਤੇ ਆਪਣਾ ਫਜ਼ਲ ਅਤੇ ਕਰਮ ਫਰਮਾਏ ਅਤੇ ਅੱਲਾਹ ਤਾਲਾ ਸਾਨੂੰ ਇਸ ਜ਼ਾਲਾਬਾਰੀ ਤੋਂ ਬਚਾਏ। ਆਮੀਨ ਯਾ ਰੱਬੁਲ ਆਲਮੀਨ। ਜ਼ਿਲ੍ਹੇ ਗੁਜਰਾਤ ਦੇ ਵਿੱਚ ਜਨਾਬ ਸ਼ਦੀਦ ਤੇਜ਼ ਤਰੀਨ ਜਨਾਬ ਬਾਰਿਸ਼ ਸ਼ੁਰੂ, ਦਿਨ ਜਨਾਬ ਜੁੰਮੇ ਦਾ ਅਤੇ ਨਾਲ ਜ਼ਾਲਾਬਾਰੀ ਵੀ ਸ਼ੁਰੂ। ਜ਼ਾਲਾਬਾਰੀ ਤੁਸੀਂ ਵੇਖ ਸਕਦੇ ਹੋ ਜੀ, ਤੋੜਾਂ ਜਨਾਬ ਕਮਰਿਆਂ ਤੱਕ ਹੋਣ ਲੱਗੀ ਇਹ ਸਾਰੀ। ਇਹ ਚੈੱਕ ਕਰੋ, ਕਾਫੀ ਇਹ ਸਾਰਾ ਵੇਖੋ ਵਾਈਟ ਹੋ ਗਿਆ ਜੀ। ਤਕਰੀਬਨ ਮੈਦਾਨ ਜਿਹੜਾ ਟੱਕ ਟੱਕ ਦੀ ਆਵਾਜ਼ ਆ ਰਹੀ ਹੈ ਨਾ ਜੀ, ਇਹ ਜ਼ਾਲਾਬਾਰੀ ਦੀ ਹੈ। ਇਹ ਚਿੜੀਆਂ ਵੇਖ ਲਵੋ, ਇਹ ਚਿੜੀ ਬੈਠੀ ਹੈ, ਇਹ ਚਿੜੀ ਵੀ ਜ਼ਾਲਾਬਾਰੀ ਤੋਂ ਡਰ ਕੇ ਬੈਠੀ ਹੈ ਬਿਲਕੁਲ ਮੇਰੇ ਨਜ਼ਦੀਕ ਦੀ। ਇਹ ਚਿੜਾ ਜੇ ਉਹ ਚਿੜੀ ਹੈ, ਇਹ ਟੱਕ ਟੱਕ ਦੀ ਜਿਹੜੀ ਆਵਾਜ਼ ਹੈ ਨਾ ਜੀ, ਇਹ ਜ਼ਾਲਾਬਾਰੀ ਦੀ ਆਵਾਜ਼ ਹੈ ਜੀ। ਇਹ ਵੇਖ ਸਕਦੇ ਹੋ ਬਹੁਤ ਜ਼ਿਆਦਾ ਜ਼ਾਲਾਬਾਰੀ ਹੋ ਰਹੀ ਹੈ ਜੀ। ਇਹ ਵੇਖੋ ਦਰਖਤਾਂ ਦੇ ਪੱਤਰ ਝੜ ਗਏ ਨੇ ਜੀ, ਉਹ ਤੁਸੀਂ ਵੇਖ ਸਕਦੇ ਹੋ। ਇਹ ਵੇਖੋ, ਇਹ ਚੈੱਕ ਕਰੋ ਯਾਰ, ਬਹੁਤ ਜ਼ਿਆਦਾ ਜ਼ਾਲਾਬਾਰੀ ਹੋ ਰਹੀ ਹੈ। ਹੋਏ ਹੋਏ ਹੋਏ, ਇਹ ਸਾਰੀ ਜ਼ਾਲਾਬਾਰੀ ਹੈ ਜੀ। ਤੁਸੀਂ ਵੇਖ ਸਕਦੇ ਚਿੜਾ ਬੈਠੇ ਆ ਜ਼ਾਲਾਬਾਰੀ ਦੇ ਡਰ ਵੀ ਜੀ। ਇਹ ਸਾਰੀ ਵੇਖੋ ਜ਼ਾਲਾਬਾਰੀ, ਚੈੱਕ ਕਰੋ ਜੀ। ਇਹ ਟੋਟਲ ਜਨਾਬ ਇਹ ਪੋਜੀਸ਼ਨ ਹੈ ਜੀ। ਓਏ ਹੋਏ, ਬਹੁਤ ਜ਼ਿਆਦਾ ਜਨਾਬ ਇਹ ਸਾਰੀ ਜ਼ਾਲਾਬਾਰੀ ਹੈ ਜੀ ਟੋਟਲ। ਇਹ ਚੈੱਕ ਕਰੋ, ਅੱਲਾਹ ਤਾਲਾ ਦੀ ਜ਼ਾਤ ਜੀ ਆਪਣੇ ਫਜ਼ਮਾਨ ਵਿੱਚ ਰੱਖੇ ਜੀ ਸਭ ਨੂੰ। ਇਹ ਵੇਖੋ, ਓਏ ਹੋਏ ਹੋਏ, ਬਹੁਤ ਜ਼ਿਆਦਾ ਜ਼ਾਲਾਬਾਰੀ ਹੋਈ ਹੈ ਜੀ, ਬਹੁਤ ਜ਼ਿਆਦਾ ਕੜਕ ਕੜਕ ਦੀ ਆਵਾਜ਼ ਆਉਂਦੀ ਸੀ ਬਈ। ਇਹ ਵੇਖੋ, ਇਹ ਲੈਵਲ ਜੇ ਜਨਾਬ ਜ਼ਾਲਾਬਾਰੀ ਦਾ। ਲਓ ਜੀ, ਅੱਲਾਹ ਤਾਲਾ ਹੈਰ ਕਰੇ ਅਤੇ ਬਾਰਿਸ਼ ਗਈ ਜਨਾਬ ਰੁੱਕ। ਤਕਰੀਬਨ 15 ਤੋਂ 20 ਮਿੰਟ ਲਾਏ ਨੇ ਜ਼ਾਲਾਬਾਰੀ ਨੇ ਅਤੇ ਬਾਰਿਸ਼ ਚੰਗੀ ਤੇਜ਼, ਹਲੇ ਬੱਦਲ ਜਿਹੜੇ ਨੇ ਉਹ ਬਣੇ ਨੇ ਜੀ, ਠੀਕ ਹੋ ਗਿਆ। ਕਣਕਾਂ ਹਲੇ ਤਕਰੀਬਨ 50% ਬਾਹਰ ਨੇ, ਮਗਰ ਉਹ ਆਉਂਦੇ ਨੇ ਜੋ ਅੱਲਾਹ ਤਾਲਾ ਦੀ ਯਾਦ ਕਰਦੀ ਹੈ ਬਿਹਤਰ ਕਰਦੀ ਹੈ ਜੀ, ਠੀਕ ਹੈ ਜੀ। ਇੱਧਰ ਜਨਾਬ ਕਲਿੰਟਨ ਸਾਹਿਬ ਵੀ ਬੈਠੇ ਹਨ। ਇਹ ਸਾਡੇ ਬਹੁਤ ਹੀ ਪਿਆਰੇ ਦੋਸਤ ਜਨਾਬ ਦੁਰਗਾਮ ਸਾਹਿਬ ਆਏ ਸਿਆਲਕੋਟ ਤੋਂ ਜੀ, ਅਤੇ ਮਰੀਜ਼ ਜੀ ਉਮੀਦ ਕਰਨਾ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਜੀ। ਆਪਣੇ ਵਾਸਤੇ ਵੀ ਅਤੇ ਸਾਡੇ ਵਾਸਤੇ ਵੀ ਦੁਆ ਲਾਜ਼ਮੀ ਕਰਨੀ ਹੈ।
ਕਿ ਅੱਲਾਹ ਤਾਲਾ ਸਾਨੂੰ ਐਸੇ ਹਮਲਿਆਂ ਤੋਂ ਬਚਾਏ, ਅਤੇ ਨੈਕਸਟ ਵੀਡੀਓ ਆਉਣ ਤੱਕ ਜ਼ਿਆਦਾ ਜ਼ਿਆਦਾ ਆਪਣਾ ਖਿਆਲ ਰੱਖਿਓ ਅਤੇ ਆਪਣੀਆਂ ਖਾਸ ਦੁਆਜ ਨੂੰ ਯਾਦ ਰੱਖਿਓ, ਅਤੇ ਇਨਸ਼ਾਅੱਲਾ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ। ਅੱਲਾਹ ਹਾਫਿਜ਼।